ਅੱਜ ਤੋਂ ਕੁਝ ਸਾਲ ਪਹਿਲਾਂ ਪੀਐਮਸੀ ਬੈਂਕ ਫਰਾਡ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿਸ ਤਰ੍ਹਾਂ ਲੋਕ ਆਪਣਾ ਹੀ ਪੈਸਾ ਲੈਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਬੈਂਕ ਅੱਗੇ ਲਾਈਨ ਲਗਾ ਕੇ ਖੜੇ ਰਹੇ ਸਨ ਅਤੇ ਉਹਨਾਂ ਦੇ ਜੀਵਨ ਭਰ ਦੀ ਕਮਾਈ ਜੋ ਉਹਨਾਂ ਨੇ ਮਿਹਨਤ ਨਾਲ ਕਮਾਈ ਸੀ ਉਸ ਤੇ ਵੀ ਉਹਨਾਂ ਦਾ ਕੋਈ ਹੱਕ ਨਹੀਂ ਰਹਿ ਗਿਆ ਸੀ ਉਸ ਸਮੇਂ ਪੀਐਮਸੀ ਬੈਂਕ ਦਾ ਫਰਾਡ ਸਾਹਮਣੇ ਆਉਂਦੇ ਹੀ ਆਰਬੀਆਈ ਨੇ ਸਾਰੇ ਅਕਾਊਂਟ ਹੋਲਡਰਸ ਦਾ ਅਕਾਊਂਟ ਸੀਜ਼ ਕਰ ਦਿੱਤਾ ਸੀ ਜਿਨ੍ਹਾਂ ਲੋਕਾਂ ਦਾ ਬਹੁਤ ਥੋੜਾ ਪੈਸਾ ਹੀ ਪੀਐਮਸੀ ਬੈਂਕ ਵਿੱਚ ਸੀ ਉਹ ਤਾਂ ਇਸ ਫਰਾਡ ਵਿੱਚ ਸਰਵਾਈਵ ਕਰ ਗਏ ਪਰ ਉਹਨਾਂ ਦਾ ਜੀਵਨ ਪੂਰੀ ਤਨਾ ਬਰਬਾਦ ਹੋ ਗਿਆ ਜਿਨ੍ਹਾਂ ਨੇ ਆਪਣਾ ਸਾਰਾ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਦੇ ਅਨੁਸਾਰ ਜਦੋਂ ਕੋਈ ਵੀ ਬੈਂਕ ਡੁੱਬਦਾ ਹੈ ਤਾਂ ਉਸ ਦੇ ਅਕਾਊਂਟ ਹੋਲਡਰਸ ਨੂੰ ਮੈਕਸਿਮਮ 5 ਲੱਖ ਰੁਪਏ ਹੀ ਵਾਪਸ ਮਿਲ ਸਕਦੇ ਹਨ ਫੇਰ ਭਾਵੇਂ ਤੁਸੀਂ ਕਰੋੜਾਂ ਰੁਪਏ ਕਿਉਂ ਹੀ ਨਾ ਜਮ੍ਹਾਂ ਕਰਾ ਕੇ ਰੱਖੀ ਹੋਣ ਇਹ ਰੂਲ ਵੀ 2020 ਤੋਂ ਬਾਅਦ ਹੀ ਕੱਢਿਆ ਗਿਆ ਸੀ ਜਾਨੀ ਫਰਾਡ ਹੋਣ ਤੋਂ ਬਾਅਦ ਇਸ ਤੋਂ ਪਹਿਲਾਂ ਤੁਸੀਂ ਕੇਵਲ 1 ਲੱਖ ਰੁਪਏ ਹੀ ਕਢਾ ਸਕਦੇ ਸੀ ਇਸ ਫਰਾਡ ਤੋਂ ਬਾਅਦ ਕਈ ਲੋਕਾਂ ਨੇ ਸੁਸਾਇਡ ਕਰ ਲਈ ਇਸੇ ਕਰਕੇ ਜ਼ਿਆਦਾਤਰ ਫਾਈਨੈਂਸ਼ੀਅਲ ਐਡਵਾਈਸਰ ਸਲਾਹ ਦਿੰਦੇ ਹਨ ਕਿ ਕਦੇ ਵੀ ਆਪਣਾ ਸਾਰਾ ਪੈਸਾ ਬੈਂਕ ਵਿੱਚ ਨਾ ਰੱਖੋ ਬੈਂਕ ਤੁਹਾਡੇ ਪੈਸਿਆਂ ਨੂੰ ਖਾ ਰ ਤੇ ਸੈਕਿਉਰਿਟੀ ਦਾ ਝੂਠਾ ਟੈਗ ਅਤੇ ਨਾਲ ਦੇ ਬਰਾਬਰ ਇੰਟਰਸਟ ਦੂਜੇ ਪਾਸੇ ਬੈਂਕ ਤੁਹਾਡੇ ਪੈਸੇ ਨਾਲ ਹੋਰ ਅਮੀਰ ਹੁੰਦੇ ਜਾ ਰਹੇ ਹਨ ਬੈਂਕਸ ਦੀ ਗੇਮ ਬਾਰੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਉਹ ਕਹਿੰਦੇ ਹਨ ਕਿ ਤੁਹਾਡਾ ਪੈਸਾ ਸਾਡੇ ਕੋਲ ਸੇਫ ਰਹੇਗਾ ਅਤੇ ਬਹੁਤ ਥੋੜਾ ਵਿਆਜ ਦੇਣ ਦਾ ਵਾਅਦਾ ਕਰਕੇ ਤੁਹਾਡੇ ਕੋਲੋਂ ਪੈਸੇ ਲੈ ਲੈਂਦੇ ਹਨ ਉਸ ਪੈਸੇ ਨੂੰ ਉਹ ਬਹੁਤ ਜ਼ਿਆਦਾ ਵਿਆਜ ਤੇ ਦੂਸਰੇ ਲੋਕਾਂ ਨੂੰ ਲੋਨ ਦੇ ਦਿੰਦੇ ਹਨ ਕੁਝ ਲੋਕਾਂ ਨੂੰ ਤਾਂ ਬੈਂਕ ਵੀ ਗੇਟੇ ਲਵਾ ਕੇ ਲੋਨ ਵੀ ਨਹੀਂ ਦਿੰਦਾ ਤੁਸੀਂ ਕਹੋਗੇ ਕਿ ਜੇ ਬੈਂਕਸ ਸਾਡੇ ਨਾਲ ਇਦਾਂ ਕਰਦੇ ਹਨ ਤਾਂ ਕੀ ਫਿਰ ਅਸੀਂ ਆਪਣੇ ਪੈਸੇ ਨੂੰ ਘਰ ਵਿੱਚ ਹੀ ਰੱਖੀਏ ਪਰ ਇਦਾਂ ਕਰਨਾ ਵੀ ਖਤਰਨਾਕ ਹੈ ਕਿਉਂਕਿ ਇਥੇ ਚ ਇਨਫਲੇਸ਼ਨ ਨਾਂ ਦੇ ਡਾਕੂ ਦਾ ਵੀ ਖਤਰਾ ਹੈ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਉਹਨਾਂ ਬੈਸਟ ਇਨਵੈਸਟਮੈਂਟ ਆਪਸ਼ਨਸ ਬਾਰੇ ਜਾਣੋਗੇ ਜੋ ਕਿ ਬੈਂਕ ਅਤੇ ਘਰ ਤੋਂ ਬਹੁਤ ਸੇਫ ਹਨ ਅਤੇ ਇਸ ਦੇ ਨਾਲ ਹੀ ਇਹ ਤੁਹਾਨੂੰ ਵਧੀਆ ਰਿਟਰਨਸ ਵੀ ਦੇਣਗੇ ਲੈਟਸ ਸਟਾਰਟ ਲਿਸਟ ਵਿੱਚ ਪੰਜਵੇਂ ਨੰਬਰ ਤੇ ਆਉਂਦਾ ਹੈ ਸਮਾਲ ਬਿਜ਼ਨਸ ਮਹੀਨੇ ਵਿੱਚ ਤੁਹਾਡੇ ਕੋਲ ਜਿੰਨੀ ਵੀ ਇਨਕਮ ਆ ਰਹੀ ਹੈ ਉਸ ਵਿੱਚੋਂ ਕੁਝ ਪੈਸੇ ਸੇਵ ਕਰਕੇ ਤੁਸੀਂ ਸਾਈਡ ਬਿਜ਼ਨਸ ਤੇ ਲਗਾ ਸਕਦੇ ਹੋ ਕੋਈ ਵੀ ਅਜਿਹਾ ਬਿਜ਼ਨਸ ਜਿਸ ਨੂੰ ਤੁਸੀਂ ਬੜੀ ਆਸਾਨੀ ਨਾਲ ਚਲਾ ਸਕਦੇ ਹੋ ਇਸ ਦਾ ਫਾਇਦਾ ਇਹ ਹੈ ਇੱਕ ਤਾਂ ਤੁਹਾਡਾ ਪੈਸਾ ਸਹੀ ਜਗ੍ਹਾ ਇਨਵੈਸਟ ਹੋ ਜਾਵੇਗਾ ਅਤੇ ਦੂਸਰਾ ਇਹ ਤਹਾਨੂੰ ਹਰ ਮਹੀਨੇ ਕੁਝ ਇੰਟਰਸਟ ਵੀ ਦੇਵੇਗਾ ਅਤੇ ਤੀਸਰਾ ਇਹ ਕਿ ਜਦ ਤੁਹਾਡਾ ਇਨਵੈਸਟ ਕੀਤਾ ਹੋਇਆ ਪੈਸਾ ਇਸ ਬਿਜ਼ਨਸ ਵਿੱਚੋਂ ਨਿਕਲ ਜਾਵੇਗਾ ਤਾਂ ਇਹ ਤੁਹਾਡਾ ਇੱਕ ਹੋਰ ਇਨਕਮ ਦਾ ਸੋਰਸ ਬਣ ਜਾਵੇਗਾ ਇਸ ਨਾਲ ਤੁਹਾਡੇ ਕੋਲ ਇਨਕਮ ਦੇ ਦੋ ਸੋਰਸ ਹੋ ਜਾਣਗੇ ਇਦਾਂ ਹੀ ਫਿਊਚਰ ਵਿੱਚ ਤੁਸੀਂ ਹੋਰ ਵੀ ਕਈ ਬਿਜ਼ਨਸ ਖੋਲ ਸਕਦੇ ਹੋ ਅਤੇ ਆਪਣੀ ਇਨਕਮ ਨੂੰ ਵਧਾ ਸਕਦੇ ਹੋ ਚੌਥਾ ਇਨਵੈਸਟਮੈਂਟ ਹੈ ਰੀਟਸ ਜਾਨੀ ਰੀਅਲ ਏਸਟੇਟ ਇਨਵੈਸਟਮੈਂਟ ਟ੍ਰਸਟ ਇਹ ਸਭ ਜਾਣਦੇ ਹਨ ਕਿ ਰੀਅਲ ਏਸਟੇਟ ਇੱਕ ਅਜਿਹਾ ਇਨਵੈਸਟਮੈਂਟ ਹੈ ਜੋ ਕਿ ਲੌਂਗ ਟਰਮ ਵਿੱਚ ਹਮੇਸ਼ਾ ਵਧੀਆ ਰਿਟਰਨ ਸਹੀ ਦੇਵੇਗਾ ਦੁਨੀਆ ਵਿੱਚ ਜਿੰਨੇ ਵੀ ਮਿਲੀਅਨਰੀ ਅਤੇ ਬਿਲੀਅਨਰੀ ਹਨ ਉਹਨਾਂ ਦੀ ਸਕਸੈਸ ਦੇ ਪਿੱਛੇ ਜ਼ਿਆਦਾਤਰ ਰੀਅਲ ਏਸਟੇਟ ਦਾ ਹੀ ਹੱਥ ਹੈ ਅੱਜ ਦੇ ਸਮੇਂ ਵਿੱਚ ਪ੍ਰੋਬਲਮ ਵਾਲੀ ਗੱਲ ਇਹ ਹੈ ਕਿ ਪ੍ਰਾਪਰਟੀ ਦੇ ਧਾਮ ਇੰਨੇ ਵੱਧ ਗਏ ਹਨ ਕਿ ਮਿਡਲ ਕਲਾਸ ਆਦਮੀ ਲਈ ਇਹ ਖਰੀਦਣਾ ਪੋਸੀਬਲ ਹੀ ਨਹੀਂ ਹੈ ਇਸ ਲਈ ਲੋਕ ਸੋਚਦੇ ਹਨ ਕਿ ਅਸੀਂ ਰੀਅਲ ਏਸਟੇਟ ਵਿੱਚ ਕਿੱਦਾਂ ਇਨਵੈਸਟ ਰੈਸਟ ਹੈ ਜਿੱਥੇ ਤੁਸੀਂ ਪੂਰੀ ਪ੍ਰਾਪਰਟੀ ਖਰੀਦਣ ਦੀ ਬਜਾਏ ਮਿਊਚੁਅਲ ਫੰਡਸ ਦੀ ਤਰ੍ਹਾਂ ਉਸਦੇ ਕੁਝ ਯੂਨਿਟਸ ਖਰੀਦ ਸਕਦੇ ਹੋ ਇਸ ਦੇ ਦੁਆਰਾ ਤੁਸੀਂ ਵੱਡੀ ਵੱਡੀ ਕਮਰਸ਼ੀਅਲ ਅਤੇ ਰੈ residențial ਪ੍ਰਾਪਰਟੀ ਦੇ ਕੁਝ ਯੂਨਿਟਸ ਨੂੰ ਔਨ ਕਰ ਸਕਦੇ ਹੋ ਇਹ ਬਿਲਕੁਲ ਮਿਊਚੁਅਲ ਫੰਡਸ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਜੇ ਤੁਹਾਨੂੰ ਨਹੀਂ ਪਤਾ ਕਿ ਮਿਊਚੁਅਲ ਫੰਡਸ ਕਿਵੇਂ ਚੁਣੇ ਜਾਂਦੇ ਹਨ ਤਾਂ ਤੁਸੀਂ ਇਹ ਫਾਈਨੈਂਸ਼ੀਅਲ ਐਪੀਸੋਡ ਵੀ ਦੇਖ ਸਕਦੇ ਹੋ ਇਸ ਵਿੱਚ ਬੈਸਟ ਮਿਊਚੁਅਲ ਫੰਡਸ ਵਿੱਚ ਕਿਵੇਂ ਇਨਵੈਸਟ ਕਰਨਾ ਹੈ ਇਸ ਬਾਰੇ ਦੱਸਿਆ ਗਿਆ ਹੈ ਜਿਵੇਂ ਮਿਊਚੁਅਲ ਫੰਡਸ ਵਿੱਚ ਤੁਹਾਡੇ ਪੈਸੇ ਨੂੰ ਵੱਖ-ਵੱਖ ਕੰਪਨੀਆਂ ਵਿੱਚ ਲਗ ਪ੍ਰੋਪਰਟੀਆਂ 'ਤੇ ਚੱਲ ਗਿਆ ਜਾਂਦਾ ਹੈ ਇਸ ਤੋਂ ਇਲਾਵਾ ਇਹਨਾਂ ਪ੍ਰੋਪਰਟੀਆਂ ਨੂੰ ਰੈਂਟ ਤੇ ਦਿੱਤਾ ਜਾਂਦਾ ਹੈ ਰੀਟਸ ਤੋਂ ਤੁਹਾਨੂੰ ਦੋ ਤਰ੍ਹਾਂ ਨਾਲ ਕਮਾਈ ਹੁੰਦੀ ਹੈ ਪਹਿਲਾ ਹੈ ਡਿਵੀਡੈਂਡ ਰੀਟਸ ਆਪਣੀਆਂ ਪ੍ਰੋਪਰਟੀਆਂ ਨੂੰ ਰੈਂਟ ਤੇ ਦਿੰਦਾ ਹੈ ਉਸ ਰੈਂਟ ਵਿੱਚੋਂ ਆਪਣੇ ਐਕਸਪੈਂਸਸ ਕੱਢ ਕੇ ਬਾਕੀ 90% ਪੈਸਾ ਇਨਵੈਸਟਰਸ ਵਿੱਚ ਡਿਵੀਡੈਂਡ ਦੇ ਰੂਪ ਵਿੱਚ ਵੰਡ ਦਿੰਦਾ ਹੈ ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਰੀਟਸ ਨੇ ਆਪਣਾ ਇੱਕ ਫਲੈਟ ਇੱਕ ਪਰਸਨ ਨੂੰ ਰੈਂਟ ਤੇ ਦਿੱਤਾ ਹੈ ਜਿਸ ਤੋਂ ਰੀਟਸ ਨੂੰ ਹਰ ਮਹੀਨੇ 10000 ਰੁਪਏ ਦੀ ਕਮਾਈ ਹੁੰਦੀ ਹੈ ਜਿਸ ਵਿੱਚੋਂ 4000 ਰੁਪਏ ਫਲੈਟ ਦੀ ਮੇਨਟੇਨੈਂਸ ਵਾਸਤੇ ਖਰਚ ਹੋ ਜਾਂਦੇ ਹਨ ਹੁਣ ਬਚੇ ਹਨ 6000 ਰੁਪਏ ਇਸ 6000 ਦਾ 90% ਯਾਨੀ 5400 ਰੁਪਏ ਇਨਵੈਸਟਰਸ ਵਿੱਚ ਵੰਡ ਦਿੱਤੇ ਜਾਂਦੇ ਹਨ ਤੇ ਬਾਕੀ 10% ਪੈਸੇ ਯਾਨੀ 600 ਰੁਪਏ ਰੀਟਸ ਆਪਣਾ ਕਮਿਸ਼ਨ ਰੱਖ ਲੈਂਦੇ ਹਨ ਅਕੋਰਡਿੰਗ ਟੂ ਡਾਟਾ ਰੀਟਸ ਵਿੱਚ ਇਨਵੈਸਟਰਸ ਨੂੰ 5 ਤੋਂ 8% ਦਾ ਰਿਟਰਨ ਮਿਲ ਹੀ ਜਾਂਦਾ ਹੈ ਰੀਟਸ ਤੋਂ ਕਮਾਈ ਕਰਨ ਦਾ ਦੂਸਰਾ ਤਰੀਕਾ ਹੈ ਕੈਪੀਟਲ ਐਪਰੀਸ਼ੀਏਸ਼ਨ ਜਿਸ ਤਰ੍ਹਾਂ ਸਟਾਕ ਮਾਰਕੀਟ ਵਿੱਚ ਸ਼ੇਅਰਸ ਦੇ ਪ੍ਰਾਈਸ ਉੱਪਰ-ਨੀਚੇ ਹੁੰਦੇ ਰਹਿੰਦੇ ਹਨ ਉਸੇ ਤਰ੍ਹਾਂ ਰੀਅਲ ਏਸਟੇਟ ਮਾਰਕੀਟ ਵਿੱਚ ਪ੍ਰੋਪਰਟੀਆਂ ਦੇ ਪ੍ਰਾਈਸ ਵੀ ਉੱਤੇ-ਥੱਲੇ ਹੁੰਦੇ ਰਹਿੰਦੇ ਹਨ ਪ੍ਰਾਈਸਿਸ ਦੇ ਵਧਣ ਨਾਲ ਜੋ ਪ੍ਰੋਫਿਟ ਹੁੰਦਾ ਹੈ ਉਸ ਨੂੰ ਕਹਿੰਦੇ ਹਨ ਕੈਪੀਟਲ ਐਪਰੀਸ਼ੀਏਸ਼ਨ ਇਸ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਲੌਂਗ ਟਰ ਨਹੀਂ ਹੁੰਦੇ ਹਮੇਸ਼ਾ ਉੱਪਰ ਹੀ ਜਾਂਦੇ ਹਨ ਇਸ ਲਈ ਤੁਹਾਨੂੰ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਹਨ ਅਤੇ ਰਿਸਕ ਫੈਕਟਰ ਬਿਲਕੁਲ ਲੋ ਹੈ ਇਸ ਤੋਂ ਇਲਾਵਾ ਰੀਟਸ ਵਿੱਚ ਇਨਵੈਸਟ ਕਰਨ ਲਈ ਤੁਹਾਨੂੰ ਲੱਖਾਂ ਰੁਪਏ ਨਹੀਂ ਚਾਹੀਦੇ ਤੁਸੀਂ ਸਿਰਫ 1000 ਰੁਪਏ ਤੋਂ ਐਸਆਈਪੀ ਸ਼ੁਰੂ ਕਰ ਸਕਦੇ ਹੋ ਤੀਸਰਾ ਬੈਸਟ ਇਨਵੈਸਟਮੈਂਟ ਆਪਸ਼ਨ ਹੈ ਗੋਲਡ ਇਹ ਤੁਹਾਨੂੰ ਸਭ ਨੂੰ ਪਤਾ ਹੈ ਕਿ ਜਿੰਨੇ ਵੀ ਪ੍ਰੀਸ਼ੀਅਸ ਮੈਟਲਸ ਹਨ ਜਿਵੇਂ ਗੋਲਡ ਅਤੇ ਸਿਲਵਰ ਇਹਨਾਂ ਦੀ ਵੈਲਿਊ ਹਰ ਸਾਲ ਹਮੇਸ਼ਾ ਵੱਧਦੀ ਹੀ ਜਾਂਦੀ ਹੈ ਇਸੇ ਕਾਰਨ ਅਮੀਰ ਲੋਕ ਆਪਣਾ ਬਹੁਤ ਸਾਰਾ ਪੈਸਾ ਗੋਲਡ ਵਿੱਚ ਸੇਵ ਕਰਕੇ ਰੱਖਦੇ ਹਨ ਜੇ ਹਿਸਟੋਰੀਕਲ ਡੇਟਾ ਦੀ ਗੱਲ ਕੀਤੀ ਜਾਵੇ ਤਾਂ ਸਾਲ 2000 ਵਿੱਚ ਗੋਲਡ ਦੀ ਕੀਮਤ 4500 ਰੁਪਏ ਪਰ 10 ਗ੍ਰਾਮ ਸੀ ਅੱਜ ਉਹ ਵੱਧ ਕੇ 63000 ਰੁਪਏ ਪਰ 10 ਗ੍ਰਾਮ ਹੋ ਗਈ ਹੈ ਜਿਸ ਬੰਦੇ ਨੇ ਉਸ ਸਮੇਂ ਸਿਰਫ 10 ਗ੍ਰਾਮ ਗੋਲਡ ਹੀ ਖਰੀਦਿਆ ਸੀ ਤਾਂ ਉਸ ਨੂੰ ਅੱਜ ਦੀ ਡੇਟ ਵਿੱਚ 56000 ਦਾ ਪ੍ਰੋਫਿ ਤੁਸੀਂ ਕਹੋਗੇ ਕਿ ਠੀਕ ਹੈ ਪਰ 골ਡ ਪਾਈ ਕਰਨ ਲਈ ਸਾਡੇ ਕੋਲ ਇਹਨਾਂ ਪੈਸਾ ਕਿੱਥੇ ਹੈ ਦੂਸਰਾ ਇਸ ਦੀ ਸੇਫਟੀ ਵੀ ਵੱਡਾ ਇਸ਼ੂ ਹੈ ਅਸੀਂ ਇਸ ਨੂੰ ਘਰ ਵਿੱਚ ਨਹੀਂ ਰੱਖ ਸਕਦੇ ਤਾਂ ਇਸ ਦਾ ਵੀ ਬਹੁਤ ਵਧੀਆ ਸੋਲਿਊਸ਼ਨ ਹੈ ਜੋ ਹੈ ਐਸਜੀਬੀ ਜੋ ਕਿ ਆਰਬੀ ਦੁਆਰਾ ਲਾਂਚ ਕੀਤੀ ਗਈ ਇੱਕ ਸਕੀਮ ਹੈ ਐਸਜੀਬੀ ਦਾ ਮਤਲਬ ਸovereign gold bond ਤੁਹਾਨੂੰ ਫਿਜ਼ੀਕਲ 골ਡ ਖਰੀਦਣ ਦੀ ਕੋਈ ਲੋੜ ਨਹੀਂ ਐਸਜੀਬੀ ਦੁਆਰਾ ਤੁਸੀਂ ਇਸ ਨੂੰ ਇਨਟੈਂਜੀਬਲ ਫਾਰਮ ਵਿੱਚ ਵੀ ਖਰੀਦ ਸਕਦੇ ਹੋ ਇਸ ਦਾ ਅਗਲਾ ਫਾਇਦਾ ਇਹ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਲਗਾਉਣ ਦੀ ਜ਼ਰੂਰਤ ਨਹੀਂ ਤੁਸੀਂ ਮਿਨੀਮਮ 1 ਗ੍ਰਾਮ 골ਡ ਵੀ ਖਰੀਦ ਸਕਦੇ ਹੋ ਇਸ ਦਾ ਮਤਲਬ ਗੋਲ ਵਿੱਚ ਇਨਵੈਸਟ ਕਰਨ ਲਈ ਨਾ ਹੀ ਤੁਹਾਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਹੈ ਅਤੇ ਡਿਜੀਟਲ ਫਾਰਮ ਵਿੱਚ ਹੋਣ ਕਰਕੇ ਨਾ ਹੀ ਇਸ ਦੀ ਸੇਫਟੀ ਦੀ ਚਿੰਤਾ ਕਰਨ ਦੀ ਲੋੜ ਹੈ ਸੈਕਿੰਡ 베ਸਟ ਆਪਸ਼ਨ ਹੈ ਇੰਡੈਕਸ ਫੰਡਸ ਇੰਡੈਕਸ ਫੰਡ ਇਜ਼ ਦਾ 베ਸਟ ਫੰਡ ਇਫ ਯੂ ਇਨਵੈਸਟ ਇਨ ਮਿਊਚੁਅਲ ਫੰਡ ਮਿਊਚੁਅਲ ਫੰਡਸ ਬਾਰੇ ਅਸੀਂ ਪਹਿਲਾਂ ਹੀ ਡਿਟੇਲ ਵਿੱਚ ਵੀਡੀਓ ਬਣਾ ਚੁੱਕੇ ਹਾਂ ਤੁਸੀਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਇੰਡੈਕਸ ਫੰਡਸ ਵਿੱਚ ਸਰਕਾਰ ਦੁਆਰਾ ਕੇਵਲ ਉਹਨਾਂ ਹੀ ਕੰਪਨੀਆਂ ਨੂੰ ਰੱਖਿਆ ਜਾਂਦਾ ਹੈ ਜਿਨ੍ਹਾਂ ਦੀ ਪਰਫਾਰਮੈਂਸ ਬਹੁਤ ਵਧੀਆ ਹੈ ਜੋ ਟੌਪ ਕੰਪਨੀਆਂਸ ਵਿੱਚ ਆਉਂਦੀਆਂ ਹਨ ਇਸ ਤੋਂ ਇਲਾਵਾ ਜੇ ਕਿਸੇ ਕੰਪਨੀ ਦੀ ਪਰਫਾਰਮੈਂਸ ਖਰਾਬ ਹੋ ਜਾਵੇ ਤਾਂ ਉਸ ਨੂੰ ਇਸ ਇੰਡੈਕਸ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਉਸ ਦੂਸਰੀ ਕੰਪਨੀ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਸ ਦੀ ਪਰਫਾਰਮੈਂ ਕਿਹ ਕੈਸੇ ਕੰਪਨੀ ਵਿੱਚ ਇਨਵੈਸਟ ਕਰੀਏ ਅਤੇ ਕਿਸ ਵਿੱਚ ਨਾ ਤੁਸੀਂ ਇੰਡੈਕਸ ਫੰਡ ਵਿੱਚ ਮੰਥਲੀ ਐਸਆਈਪੀ ਵੀ ਸੈੱਟ ਕਰ ਸਕਦੇ ਹੋ ਜਿਸ ਨਾਲ ਹਰ ਮਹੀਨੇ ਤੁਹਾਡੇ ਪੈਸੇ ਆਟੋਮੈਟਿਕਲੀ ਇਨਵੈਸਟ ਹੋ ਜਾਣਗੇ ਇਸ ਤੋਂ ਤੁਹਾਨੂੰ ਲੌਂਗ ਟਰਮ ਵਿੱਚ 15 ਤੋਂ 16% ਤੱਕ ਵਧੀਆ ਰਿਟਰਨਸ ਮਿਲ ਸਕਦੇ ਹਨ ਜੋ ਇਨਫਲੇਸ਼ਨ ਐਡਜਸਟ ਕਰਨ ਤੋਂ ਬਾਅਦ ਵੀ ਕਾਫੀ ਪੈਸਾ ਪਿੱਛੇ ਛੱਡ ਜਾਵੇਗਾ ਦੁਨੀਆ ਦੇ ਜਾਨਿਮਾਨੇ ਇਨਵੈਸਟਰ ਵਾਰਨ ਬਫੇਟ ਦਾ ਵੀ ਕਹਿਣਾ ਹੈ ਕਿ ਇੰਡੈਕਸ ਫੰਡ ਸਟਾਕ ਮਾਰਕੀਟ ਵਿੱਚ ਲੌਂਗ ਟਰਮ ਵਿੱਚ ਇਨਵੈਸਟਿੰਗ ਲਈ ਸਭ ਤੋਂ ਬੈਸਟ ਟੂਲ ਹੈ ਇਸ ਨੂੰ ਲੋਕ ਆਪਣੇ ਰਿਟਾਇਰਮੈਂਟ ਪਲਾਨ ਲਈ ਵੀ ਯੂਜ਼ ਕਰ ਇਨਵੈਸਟਿੰਗ ਲਈ ਨੰਬਰ 1 ਬੈਸਟ ਆਪਸ਼ਨ ਹੈ ਹਾਈ ਡਿਵੀਡੈਂਡ ਯੀਲਡ ਸਟਾਕਸ ਇਸ ਬਾਰੇ ਸੁਣ ਕੇ ਪੰਜਾਬੀ ਲੋਕ ਬਹੁਤ ਹੀ ਕਨਫਿਊਜ਼ ਹੋ ਜਾਂਦੇ ਹਨ ਪਰ ਇਹ ਬਹੁਤ ਹੀ ਈਜ਼ੀ ਆਪਸ਼ਨ ਹੈ ਜਿਸ ਵਜ੍ਹਾ ਤੁਸੀਂ ਉਹਨਾਂ ਸਟਾਕਸ ਦਾ ਪਤਾ ਲਗਾਉਣਾ ਹੈ ਜੋ ਸਭ ਤੋਂ ਜ਼ਿਆਦਾ ਡਿਵੀਡੈਂਡ ਦਿੰਦੇ ਹਨ ਤੁਸੀਂ ਇਹ ਵੀ ਪਤਾ ਲਗਾਉਣਾ ਹੈ ਕਿ ਪਿਛਲੇ ਸਾਲ ਉਸ ਕੰਪਨੀ ਦੀ ਪਰਫਾਰਮੈਂਸ ਵਧੀਆ ਰਹੀ ਜਾਂ ਨਹੀਂ ਜਿਵੇਂ ਤੁਸੀਂ ਜ਼ਮੀਨ ਠੇਕੇ ਉਤੇ ਦੇ ਕੇ ਬਿਨਾਂ ਕੰਮ ਕੀਤੇ ਪੈਸੇ ਕਮਾ ਸਕਦੇ ਹੋ ਇਸੇ ਤਰ੍ਹਾਂ ਡਿਵੀਡੈਂਡਸ ਵੀ ਇੱਕ ਹਿਸਾਬ ਦਾ ਠੇਕਾ ਹੀ ਹੈ ਜੋ ਸਾਨੂੰ ਸਟਾਕਸ ਨੂੰ ਹੋਲਡ ਕਰਨ ਤੇ ਮਿਲਦਾ ਹੈ ਇਹ ਹੈ ਸਾਨੂੰ ਉਹ ਟੌਪ 5 ਬੈਸਟ ਇਨਵੈਸਟਮੈਂਟ ਆਪਸ਼ਨਸ ਜੋ ਕਿ ਤੁਹਾਨੂੰ ਹਮੇਸ਼ਾ ਬੈਂਕਸ ਨਾਲੋਂ ਵਧੀਆ ਰਿਟਰਨ ਸਹੀ ਦੇਣਗੇ ਅਸੀਂ ਇਹ ਬਿਲਕੁਲ ਨਹੀਂ ਕਹਿ ਰਹੇ ਕਿ ਤੁਸੀਂ ਆਪਣਾ ਪੈਸਾ ਬੈਂਕਸ ਵਿੱਚ ਰੱਖਣਾ ਬਿਲਕੁਲ ਬੰਦ ਹੀ ਕਰ ਦਿਓ ਸਗੋ ਸਾਡਾ ਮੋਟਿਵ ਇਹ ਹੈ ਕਿ ਤੁਸੀਂ ਆਪਣਾ ਕੁਝ ਪੈਸਾ ਬੈਂਕਸ ਵਿੱਚ ਸਾੜਨ ਦੀ ਜਗ੍ਹਾ ਉਸ ਨੂੰ ਹੋਰ ਗਰੋ ਕਰੋ ਅਤੇ ਫਾਈਨੈਂਸ਼ੀਅਲ ਫਰੀडम ਅਜੀਬ ਕਰੋ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਜੀ ਅਗਲੇ ਐਪੀਸੋਡ ਵਿੱਚ ਨਵੀਂ ਐਜੂਕੇਸ਼ਨ ਦੇ ਨਾਲ ਕੈਮਰਾਮੈਨ ਸੰਧੂ ਸਾਬ ਦੇ ਨਾਲ ਇਨਵੈਸਟਰ ਪੰਜਾਬ ਅੰਮ੍ਰਿਤਸਰ